मेरी ना मेनू इन्ना तुसी बुरा भला बोल दियो, मैं ना इन्ना बॉदर नहीं करती चीजा नू, बट फिर भी यार हद हुंदी, अज नहीं कल ही, चल अज छड़ दो कल छड़ दो, कदे तो बंदा अक के बोलदा ही आ, राइट। नाले की तुसी यार मेनू किसे नाल भी जोड़ देंदे हो, है ना। वो 14 साल का बच्चा आ जिन्हों तुसी गलत बोलते हो, गलत जोड़ते हो, ठीक है। मैं किसी का की माड़ा किया, मैं जस्ट थोड़ा क्लीयर करो। तुसी और 14 साल के बच्चे नू तुसी ए ना को कि फेम ले लिया, फेम ले लिया। यार कादा फेम लिया, पिछे रुपया लगा या किसी नू अगे लेके आना कोई सौखा नहीं। तुहानू पता ऑडियो ते किन्ने पैसे लगते, लखां च ऑडियो ते पैसे लगते आ, लखां च वीडियो ते पैसे लगते, ता जाके कोई आर्टिस्ट अगे आउंदा आ, पता थोनू इस चीज का। किसी तो फेम लैना हुंदा ना, बंदा महीना तो 2 महीने वेख के लत मारदा वी जा भरावा हुण नहीं तेरी लोड़। असी उह जवाक नू 2 साल हो गए कोल रखिया, उहनू मैं सांभदी हां, ठीक है, उहनू बच्चिआं वांग मैं पालदी, उहदी मैडिसिन चल रही है, 2 साल हो गए, 5 साल उहदी मैडिसिन चलनी है। तुसी किद्दां यार गलत बोल सकदे किसी नू वी। सानू ते पता भी नहीं सीगा कि उहनू दौरे पैंदे आ, उह इन्ना मैंटली अपसैट आ, ठीक है। ਉਹਨੂੰ ਦੌਰੇ ਪੈਂਦੇ ਜਦੋਂ ਅਸੀਂ ਉਹਨੂੰ ਲੈ ਕੇ ਆਏ ਸੀਗੇ, ਸਾਨੂੰ ਕਿਸੇ ਨੇ ਦੱਸਿਆ ਵੀ ਨਹੀਂ ਹੈਗਾ ਕਿ ਉਹਨੂੰ ਮਿਰਗੀ ਦੇ ਦੌਰੇ ਪੈਂਦੇ ਆ। ਸਾਨੂੰ ਬਾਅਦ 'ਚ ਇਹ ਚੀਜ਼ਾਂ ਪਤਾ ਲੱਗੀਆਂ ਕਿ ਉਹਨੂੰ ਦੌਰੇ ਪੈਂਦੇ ਆ ਜਦੋਂ ਘਰੇ ਚੀਜ਼ਾਂ ਸਾਡੇ ਸਾਹਮਣੇ ਆਈਆਂ। ਮੈਂ ਉਹਨੂੰ ਭਰਾਵਾਂ ਵਾਂਗ, ਆਪਣੇ ਬੱਚਿਆਂ ਵਾਂਗ, ਨਾਲੇ ਕਿ ਉਹਨੂੰ ਅਸੀਂ ਹਰ ਚੀਜ਼ ਉਹਦੇ ਹਰ ਉਹਨੂੰ ਪੈਰ 'ਤੇ ਰੱਖਿਆ, ਕਦੇ ਮੈਨੇ ਆਪਣੇ 'ਤੇ ਫੋਕਸ ਨਹੀਂ ਕੀਤਾ। ਮੈਂ ਇੱਕ ਸਿੰਗਰ ਹਾਂ, ਯੂ ਨੋ, ਮੈਂ ਇੱਕ ਸਿੰਗਰ ਹਾਂ, ਮੈਂ ਕਦੇ ਆਪ ਨਹੀਂ ਅੱਗੇ ਆਈ। ਮੈਂ ਹਮੇਸ਼ਾ ਉਹਦੇ ਬਾਰੇ ਸੋਚਿਆ ਕਿ ਉਹਨੂੰ ਅੱਗੇ ਲੈ ਕੇ ਆਉਣਾ। ਹੱਦ ਹੁੰਦੀ ਹੈ ਕਿਸੇ ਚੀਜ਼ ਦੀ, ਕੋਈ ਥੋੜ੍ਹੀ ਬਹੁਤੀ ਨਾ ਸ਼ਰਮ ਕਰ ਲਓ ਤੁਸੀਂ। ਮੈਂ ਕਦੇ ਵੀ ਕੁਛ ਨਹੀਂ ਕਿਹਾ ਅੱਜ ਤੱਕ ਵੀ। ਕੋਈ ਗੱਲ ਨਹੀਂ ਯਾਰ, ਸਾਰਿਆਂ ਦਾ ਕੰਮ ਬੋਲਣਾ ਹੈ, ਬੋਲੀ ਜਾਣ ਦਿਓ, ਬੋਲੀ ਜਾਣ ਦਿਓ। ਅਸੀਂ ਉਹਦਾ ਘਰ ਪਾ ਕੇ ਦਿੱਤਾ, ਉਹਦਾ ਖਰਚਾ ਉਹਦੇ ਘਰੇ ਪਹੁੰਚਾਈਦਾ ਆ। ਸਾਨੂੰ ਇਹ ਵੀ ਬਾਅਦ 'ਚ ਪਤਾ ਲੱਗਾ ਕਿ ਉਹਨੂੰ ਦੌਰੇ ਪੈਂਦੇ ਆ, ਠੀਕ ਹੈ। ਫਿਰ ਵੀ ਅਸੀਂ ਉਹਨੂੰ ਕੁਛ ਵੀ ਨਹੀਂ ਕਿਹਾ, ਫਿਰ ਵੀ ਆਪਣੇ ਨਾਲ ਰੱਖਿਆ ਵੀ ਨਹੀਂ ਕੁਛ ਨਹੀਂ ਕਹਿਣਾ ਇਹਨੂੰ। ਅਸੀਂ ਹਮੇਸ਼ਾ ਉਹਦੇ ਤੇ ਫੋਕਸ ਕੀਤਾ, ਕਦੇ ਵੀ ਮੈਂ ਆਪ ਨਹੀਂ ਅੱਗੇ ਆਈ ਖੁੱਲ ਕੇ। ਕਿਹੜੀ ਕੀ ਨਾਲੇ ਕਿਹੜੀ ਫੋਟੋ ਮੈਨੂੰ ਯਾਰ ਤੁਸੀਂ ਪਹਿਲਾਂ ਫੋਟੋ ਦੱਸੋ, ਕਿਹੜਾ ਗੰਦ ਪਾਇਆ ਤੁਹਾਡੀ ਮਾਂ ਦੀ, ਤੁਹਾਡੀ ਦੀ ਕਿਹੜਾ ਗੰਦ ਪਾਇਆ ਹੈ? ਗੰਦ ਦੱਸੋ ਕਿਹੜਾ ਪਾਇਆ। ਗੰਦ ਪਤਾ ਕੀ ਹੁੰਦਾ ਆ, ਤੁਸੀਂ ਹੈਗੇ ਦੋਗਲੇ ਲੋਕ, ਤੁਹਾਨੂੰ ਤੁਸੀਂ ਹੈਗੇ ਦੋਗਲੇ ਲੋਕ, ਤੁਹਾਨੂੰ ਸਿਰਫ ਗਲਤ ਨੂੰ ਸਹੀ ਕਹਿਣਾ ਤੇ ਸਹੀ ਨੂੰ ਗਲਤ ਕਹਿਣਾ, ਇਹ ਤਾਂ ਤੁਹਾਡਾ ਕੰਮ ਆ, ਠੀਕ ਹੈ। ਆਹ ਵੇਖ ਲਓ ਤੁਸੀਂ ਹੁਣ ਇਹ ਸੋਨਮ ਬਾਜਵਾ, ਇੱਦਾਂ ਦੀ ਫੋਟੋ ਹੈ ਮੇਰੀ ਕੋਈ? ਦੱਸੋ ਮੈਨੂੰ ਆਹ ਕਿਹੜੀ ਫਿਟਨੈਸ ਆ? ਮੈਨੂੰ ਤਾਂ ਕੋਈ ਫਿਟਨੈਸ ਲੱਗ ਨਹੀਂ ਰਹੀ। ਆਹ ਥਾਈਸ ਦੇਖ ਲਓ, ਨਾ ਅੱਗੇ ਕੁਛ ਨਾ ਪਿੱਛੇ ਕੁਛ, ਤੇ ਨਾਲੇ ਇੱਦਾਂ ਦੀ ਮੇਰੀ ਕਿਹੜੀ ਫੋਟੋ ਆ? ਮੈਨੂੰ ਥੋੜ੍ਹਾ ਕਲੀਅਰ ਕਰੋ। ਇਹ ਨੀਰੂ ਬਾਜਵਾ ਜੀ, ਠੀਕ ਹੈ। ਆ ਕੀ ਆ ਇਹ ਬੈਕ? ਨਹੀਂ ਉਹ ਵੱਖਰੀ ਗੱਲ ਆ ਕਿ ਬੈਕ ਥੋੜੀ ਫਲੈਟ ਆ, ਪਰ ਹੈ ਤਾਂ ਬੈਕ ਨਾ। ਆ ਕੀ ਆ, ਹੈ ਮੇਰੀ ਕੋਈ ਇੱਦਾਂ ਦੀ ਫੋਟੋ? ਕਲੀਅਰ ਕਰੋ ਮੈਨੂੰ, ਹੈ ਕੋਈ ਫੋਟੋ ਇੱਦਾਂ ਦੀ ਮੇਰੀ? ਹੱਦ ਹੋ ਗਈ ਤੁਹਾਡੇ ਵਾਲੀ, ਭੌਂਕੀ ਜਾਂਦੇ ਕੁੱਤੇ, ਭੌਂਕੀ ਜਾਂਦੇ। ਉਹ ਜਵਾਕ ਨੂੰ ਯਾਰ ਤੁਸੀਂ ਛੱਡਦੇ ਨੀ, ਪਤਾ ਨੀ ਕਿ ਉਹਨੂੰ ਉਹਨੂੰ ਤੁਹਾਨੂੰ ਪਤਾ ਉਹਨੂੰ ਇੰਨੀ ਕੋਈ ਸਮਝ ਨੀ ਹੈਗੀ ਕੀ ਦੱਸਾਂ ਤੁਹਾਨੂੰ। ਉਹ ਨਾ ਭੁੱਲ ਜਾਂਦਾ ਆ ਕੁਛ ਵੀ ਯਾਦ ਕਰਕੇ, ਉਹ ਭੁੱਲ ਜਾਂਦਾ ਆ, ਇੰਨਾ ਮੈਂਟਲੀ ਅਪਸੈਟ ਆ ਉਹਨੂੰ, ਦੌਰੇ ਪੈਂਦੇ ਆ ਮਿਰਗੀ ਦੇ। ਸ਼ਰਮ ਤੇ ਨਹੀਂ ਆਉਂਦੀ ਵੈਸੇ ਨਾ, ਕਿੰਨੀਆਂ ਅੱਧੇ ਕੱਪੜੇ ਯਾਰ, ਉਹ ਵੀ ਥੋੜੇ ਹੀ ਰਹਿ ਗਏ ਲਾਉਣ ਵਾਲੇ। ਇੱਦਾਂ ਦੱਸੋ ਕਿਹੜੀ ਫੋਟੋ ਅੱਜ ਤੱਕ ਹੈਗੀ? ਆਹ ਕਿਹੜਾ ਫਿਗਰ ਆ, ਅੱਗੇ ਨਾ ਕੁਛ ਨਾ ਪਿੱਛੇ ਕੁਛ, ਇਹ ਕਿਹੜਾ ਫਿਗਰ ਆ ਮੈਨੂੰ ਦੱਸੋ। ਇੱਥੇ ਤੁਸੀਂ ਨਾਈਸ ਫਲਾਣਾ ਫਲਾਣਾ ਕਮੈਂਟ ਕਰਦੇ ਹੋ, ਕਿਹੜਾ ਫਿਗਰ ਹੈ? ਦਿਖ ਰਿਹਾ ਕਿਸੇ ਨੂੰ? ਮੈਨੂੰ ਤਾਂ ਦਿਖ ਨਹੀਂ ਰਿਹਾ। ਆਹ ਦੇਖ ਲਓ, ਇਹ ਮੈਂ ਤੁਹਾਨੂੰ ਦੁਬਾਰਾ ਰਿਪੀਟ ਕੀਤੀ, ਇਹ ਬੈਕ ਆ ਕੋਈ? ਹਾਂ, ਇਹਨੂੰ ਬੈਕ ਕਹਿੰਦੇ ਤੁਸੀਂ? ਜਿੱਦਾਂ ਮਰਜ਼ੀ, ਭਾਵੇਂ ਫਲੈਟ ਆ ਬੈਕ, ਜੋ ਮਰਜ਼ੀ ਆ, ਬਟ ਪਾਈ ਤੇ ਬੈਕ ਦੀ ਫੋਟੋ ਆ ਨਾ। ਇਹਨਾਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਤੁਸੀਂ ਵੀ ਜੀ ਇੱਦਾਂ ਦੀ ਫੋਟੋ ਨਾ ਪਾਓ? ਹਿੰਮਤ ਨਹੀਂ ਪੈਂਦੀ। ਇਹ ਵੀ ਦੇਖ ਲਓ, ਇਹ ਕਿਹੜਾ ਫਿਗਰ ਆ? ਹਾਂ, ਹੈ ਕੋਈ ਇੱਦਾਂ ਦੀ ਫੋਟੋ ਮੇਰੀ? ਭੌਂਕੋ ਕੁੱਤੇ ਹੋਣ, ਗਲਤ ਕਮੈਂਟਾਂ ਵਾਲੇ ਹੋ, ਤੁਹਾਡੇ ਸਾਰੇ ਨੋਟਿਸ ਹੋ ਰਹੇ ਆ ਤੇ ਪੁਲਿਸ ਤੁਹਾਡੇ ਘਰੇ ਆਊਗੀ ਜ਼ਰੂਰ। ਆਹ ਕਿਹੜੇ, ਆਹ ਦੱਸੋ ਆਹ ਕਿਹੜਾ ਫਿਗਰ ਆ? ਆਹ ਥਾਈਜ਼ ਹੈ, ਇਹਨੂੰ ਤੁਸੀਂ ਥਾਈਜ਼ ਕਹਿੰਦੇ ਹੋ? ਮੇਰੇ ਹਿਸਾਬ ਨਾਲ ਤਾਂ ਥਾਈਜ਼ ਹੈ ਨਹੀਂ, ਸ਼ੋਸ਼ਾ ਆ, ਸ਼ੋਸ਼ਾ ਵੀ ਨਹੀਂ ਕਹਿ ਸਕਦੇ। ਮਤਲਬ ਆਹ ਦੇਖੋ, ਸਾਈਡ ਤੋਂ ਲਾਈਨਸ ਦੇਖੋ, ਯੂ ਨੋ,
ਇਹ ਤੁਹਾਨੂੰ ਠੀਕ ਲੱਗਦੇ ਆ, ਇਹ ਤੁਹਾਨੂੰ ਓਕੇ ਲੱਗਦੇ ਆ, ਇਹ ਤੁਹਾਨੂੰ ਨਾਈਸ ਬਿਊਟੀਫੁਲ ਲੱਗਦੇ ਆ, ਤੁਸੀਂ ਮੈਂ ਚੀਜ਼ ਉਹੀ ਕਹੀ ਆ ਜਿਹੜੀ ਸਹੀ ਆ, ਚੈੱਕ ਕਰ ਲਓ ਜਾ ਕੇ ਆਈਡੀਆਂ, ਚੀਜ਼ ਮੈਂ ਉਹੀ ਕਹੀ ਆ ਜਿਹੜੀ ਸਹੀ ਆ। ਨੀਰੂ ਬਾਜਵਾ ਦੀਆਂ, ਸੋਨਮ ਬਾਜਵਾ ਦੀਆਂ ਪਿਕਸ, ਬੈਕ ਵਾਲੀਆਂ, ਥਾਈਜ਼ ਵਾਲੀਆਂ, ਜਿਹੜੀਆਂ ਫਿਗਰ ਉਹਨੂੰ ਕਹਿ ਨਹੀਂ ਸਕਦੇ, ਲਾਈਕ ਮਰਿਆ ਹੋਇਆ ਸਰੀਰ ਕਹਿ ਸਕਦੇ ਆ, ਉਹ ਤੁਹਾਨੂੰ ਚੰਗਾ ਲੱਗਦਾ। ਜਿਹੜੇ ਪਤਾ ਨਹੀਂ ਕੀ ਵਰਡਿੰਗ ਬੜੀ ਇੱਕ ਤਾਂ ਅਜੀਬ ਜਿਹੀ ਬੋਲਦੇ ਆ, ਕੁਛ ਕੁਛ ਤਾਂ ਪਤਾ ਲੱਗ ਜਾਂਦੀ, ਕੁਛ ਕੁਛ ਸਮਝ ਵੀ ਨਹੀਂ ਆਉਂਦੀ। ਜਿਹੜੇ ਪਤਾ ਨਹੀਂ ਕਈ ਕੁੜੀਆਂ ਨੂੰ ਗਸਤੀ ਫਲਾਣਾ ਪਤਾ ਨਹੀਂ ਕੀ ਕੁਛ ਕਹਿੰਦੇ ਆ, ਉਹਨੂੰ ਕਿ ਆਪਣੀ ਭੈਣਾਂ ਦਾ ਵੀ ਥੋੜ੍ਹਾ ਸਿਸਟਮ ਚੈੱਕ ਕਰ ਲਓ। ਜਿੱਧਰ ਤੁਸੀਂ ਗਸਤੀ ਗੁਸਤੀ ਲਿਖ ਰਹੇ ਹੋਵੋਗੇ ਉੱਧਰ ਤੁਹਾਡੀ ਭੈਣ ਦਾ ਆਪਣੇ ਬੋਏਫ੍ਰੈਂਡ ਨਾਲ ਸੈਟਿੰਗ ਹੋ ਰਹੀ ਹੋਵੇ, ਹੈ ਨਾ, ਉੱਧਰ ਵੀ ਧਿਆਨ ਦਿਓ ਬੱਚੇ। ਤੁਹਾਨੂੰ ਤੁਹਾਡੀ ਭੈਣਾਂ ਦੱਸ ਕੇ ਨਹੀਂ ਜਾਂਦੀਆਂ ਕੀ ਹੋ ਰਿਹਾ, ਉਹਨਾਂ ਨੂੰ ਪਤਾ ਨਹੀਂ ਲੋਕ ਬਾਹਰ ਕਿੰਨਾ ਕੁ ਗਸਤੀ ਗਸਤੀ ਕਹਿੰਦੇ ਹੋਣ। ਪਰ ਤੁਸੀਂ ਕਦੇ ਇਹ ਸੋਚਿਆ ਕਿ ਇਹੀ ਕਮੈਂਟ ਮਿਲਾ ਕੇ ਜੇ ਕਿਤੇ ਜਾਣ ਆਪਣਾ ਟਵਿੱਟਰ 'ਤੇ ਆਪਣਾ ਕਿਸਾਨੀ ਮੋਰਚਾ ਟਵੀਟ ਕਰ ਸਕਦਾ ਪਹਿਲੇ ਨੰਬਰ 'ਤੇ? ਪਰ ਨਹੀਂ, ਉੱਥੇ ਨਹੀਂ ਤੁਸੀਂ ਜ਼ੋਰ ਲਾਉਣਾ, ਅੱਛੀ ਚੀਜ਼ 'ਤੇ ਤੁਸੀਂ ਜ਼ੋਰ ਲਾਉਣਾ ਨਹੀਂ, ਕਿਉਂਕਿ ਉੱਥੇ ਤੁਹਾਡਾ ਟਾਈਪ ਨਹੀਂ ਹੁੰਦਾ, ਕਿਉਂਕਿ ਉਹ ਅੱਛੀ ਚੀਜ਼ ਹੈ ਨਾ, ਤੁਹਾਡੇ ਤੋਂ ਬੁਰੀ ਚੀਜ਼ 'ਚ ਹੀ ਟਾਈਪ ਹੁੰਦਾ ਆ। ਬਸ ਤੁਸੀਂ ਗਲਤ ਬੋਲਣਾ, ਉੱਥੇ ਤੁਹਾਡੇ ਹੱਥ ਫਟਾਫਟ ਫਟਾਫਟ ਚੱਲਦੇ ਆ। ਹੁਣ ਇੱਥੇ ਜਿਹੜੇ ਕਮੈਂਟ ਕਰਦੇ ਆ ਗਲਤ, ਥੋੜ੍ਹਾ ਘਰ 'ਚ ਧਿਆਨ ਰੱਖੋ, ਉੱਧਰ ਵੀ ਇੱਕ ਅੱਖ ਉੱਧਰ ਰੱਖੋ ਆਪਣੀ, ਕੀ ਚੱਲ ਰਿਹਾ ਘਰੇ, ਦੂਸਰੇ ਕਮਰੇ 'ਚ ਕੁਛ ਹੋ ਤਾਂ ਨਹੀਂ ਰਿਹਾ, ਹੈ ਨਾ, ਉੱਥੇ ਗਸਤ ਪੁਣਾ ਤਾਂ ਨਹੀਂ ਹੋ ਰਿਹਾ। ਵੇਖੋ ਤੁਸੀਂ ਇੱਥੇ ਹੁਣ ਜਿੱਦਾਂ ਵੇਖ ਰਹੇ ਹੋ ਜਿਹੜੇ ਗਲਤ ਕਮੈਂਟ ਹੁੰਦੇ ਆ, ਧਿਆਨ ਦੇਖੋ, ਤੁਹਾਡੀ ਸਿਸਟਰ ਚੱਲ ਤਾਂ ਨਹੀਂ ਗਈ ਤੁਹਾਨੂੰ ਛੱਡ ਕੇ? ਵੇਖੋ ਵੇਖੋ ਦੇਖੋ ਗਲੀ 'ਚ ਹੋਣੀ, ਵੇਖੋ ਲੱਭੋ ਉਹਨੂੰ, ਕਿਤੇ ਰਾਤੋ ਰਾਤ ਗਾਇਬ ਹੋ ਜਾਇਓ। ਬਾਕੀ ਓਕੇ, ਦਫ਼ਾ ਹੋ ਜਾਓ ਜਿਹੜੇ ਗਲਤ ਕਮੈਂਟ ਕਰਦੇ ਆ, 10% ਲੋਕ ਦਫ਼ਾ ਹੋ ਜਾਓ, ਸਾਡੀ ਨਜ਼ਰਾਂ ਤੋਂ ਦੂਰ ਹੋ ਜਾਓ, ਅਸੀਂ ਕੁਛ ਨਹੀਂ ਲੈਣਾ ਹੈ। ਪਤਾ ਤੁਸੀਂ ਕਿੰਨੇ ਕੁ ਨਿੱਕੇ ਨਿੱਕੇ ਬੱਚੇ ਨਹੀਂ ਹੁੰਦੇ ਜਿੱਦਾਂ, ਜਿਹਨਾਂ ਨੂੰ ਨਹਾਉਣਾ ਵੀ ਨਹੀਂ ਆਉਂਦਾ ਹੁੰਦਾ, ਉਹ ਤੁਸੀਂ ਜਿਹੜੇ ਗਲਤ ਕਮੈਂਟ ਕਰਦੇ ਆ, ਕੱਪੜੇ ਪਾਉਣ ਦਾ ਨਹੀਂ ਤੁਹਾਨੂੰ ਪਤਾ ਹੁੰਦਾ, ਤੁਹਾਨੂੰ ਖਾਣ ਦਾ ਵੀ ਨਹੀਂ ਪਤਾ ਹੁੰਦਾ, ਤੁਸੀਂ ਡੋਲ ਲੈਂਦੇ ਹੋ ਖਾਂਦੇ ਖਾਂਦੇ ਵੀ, ਜਮਾਂ ਤੁਹਾਨੂੰ ਨੌਲੇਜ ਨਹੀਂ, ਨਿੱਕੇ ਨਿੱਕੇ ਜੇ ਤੁਸੀਂ ਹੈਗੇ ਜਵਾਕ ਜੇ ਨਾ, ਆ ਚੂਚੇ ਜੇ ਜਿਹੜੇ ਹੁੰਦੇ ਆ ਉਹ ਬੋਲਦੇ ਗਲਤ ਕਮੈਂਟ, ਉਹ ਕਰਦੇ ਆ ਖੱਸੀ ਲੋਕ ਹੁੰਦੇ ਨਾ, ਜਿਹੜੇ ਖੱਸੀ ਲੋਕ ਉਹ ਕਮੈਂਟ ਕਰਦੇ ਆ, ਜਿਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ, ਅੱਗੇ ਪਿੱਛੇ ਕੁਛ ਨਹੀਂ ਹੁੰਦਾ ਜਿਹਨਾਂ ਦੇ, ਉਹ ਕਰਦੇ ਆ ਗਲਤ। ਕਿਸੇ ਨੂੰ ਮਾੜਾ ਬੋਲੀ ਜਾਂਦੇ ਯਾਰ, ਤੁਸੀਂ ਮਿਲੇ ਕਿਸੇ ਨੂੰ, ਤੁਹਾਡਾ ਵਾਹ ਪਿਆ ਕਿਸੇ ਨਾਲ, ਹਮੇਸ਼ਾ ਵਾਹ ਪੈ ਕੇ ਜਾਂ ਰਾਹ ਪੈ ਕੇ ਪਤਾ ਲੱਗਦਾ ਬੰਦਾ ਕਿੱਦਾਂ ਦਾ ਆ, ਫੋਨਾਂ 'ਤੇ ਨਹੀਂ ਪਤਾ ਲੱਗਦਾ, ਕਿਸੇ ਨੂੰ ਮਿਲੋਗੇ ਫਿਰ ਹੀ ਪਤਾ ਲੱਗੂਗਾ। ਚਲੋ ਠੀਕ ਹੈ ਜੀ, ਓਕੇ ਬਾਏ, ਗੋਡ ਬਲੈਸ ਯੂ ਸਾਰਿਆਂ ਨੂੰ।